ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਡੇ ਸੁਪਨਿਆਂ ਦੇ ਘਰ ਵਿੱਚ ਇੱਕ ਧੀ ਨੇ ਜਨਮ ਲਿਆ, ਇਹ ਪਹਿਲੀ ਧੀ ਨੇ ਜਨਮ ਲਿਆ। ਜੇ ਇਹ ਗੱਲ ਅਸੀਂ ਕਹਾਂਗੇ ਤੁਹਾਨੂੰ ਐਂ ਲੱਗੂ ਵੀ ਇਹ ਤਾਂ ਗਲਤ ਆ, ਵੀ ਇੱਦੂ ਪਹਿਲਾਂ ਸੁਖਮਨੀ ਨੇ ਵੀ ਜਨਮ ਲਿਆ ਸੀ ਇਸ ਘਰ ਦੇ ਵਿੱਚ। ਪਰ ਇਹ ਉਹ ਧੀ ਆ ਜਿਹਨੇ ਵਾਕਈ ਸੁਪਨਿਆਂ ਦੇ ਘਰ 'ਚ ਜਨਮ ਲਿਆ, ਇਹ ਸਾਡੀ ਪਹਿਲੀ ਧੀ ਆ। ਇਹਦੀ ਮੰਮੀ, ਕਿਆ ਨਾਮ ਆਪਕਾ? ਨਵੀਂ ਮਾਂ ਖਾਤੂਨ। ਇਹ ਭੈਣ ਆਪਣੇ ਪਤੀ ਨੂੰ ਲੈ ਕੇ ਇੱਥੇ ਸਾਡੇ ਕੋਲ ਪਹੁੰਚਦੀ, ਨਾਲ ਇਹਦੇ ਨਿੱਕੇ ਨਿੱਕੇ ਦੋ ਬੱਚੇ ਆ ਬੇਟੇ ਇਹਦੇ। ਪਤੀ ਦਾ ਕੀ ਨਾਮ ਭੈਣ ਤੇਰੇ ਦਾ? ਗਰਵਾਲਾ ਹੈ, ਇਸਰਾਇਲ। ਔਰ ਬੇਟੇ ਜੋ ਦੋਨੋਂ, ਨਿਜ਼ਾਮ ਅਤੇ ਦਿਲਵਰ, ਅਤੇ ਇੱਕ ਆਪਣੇ ਸ਼ੌਹਰ ਨੂੰ ਲੈ ਕੇ ਜਿਹੜਾ ਕਿ ਬਿਲਕੁਲ ਮਰਨ ਕਿਨਾਰੇ ਪਿਆ ਸੀ, ਜਗਰਾਓਂ ਕੋਠੇ ਰਾਣਾ ਸਬਜ਼ੀ ਕਾ ਕੰਮ ਕਰਦੇ ਸੀ, ਸਬਜ਼ੀ ਵੇਚਦਾ ਸੀ। ਉਹਨੂੰ ਟੀ ਵੀ ਹੋ ਗਈ, ਮਤਲਬ ਘਰ ਹੀ ਪਿਆ ਸੀ, ਮਰਨ ਵਾਲੀ ਹਾਲਤ, ਸਾਹ ਵੀ ਨਹੀਂ ਸੀ ਆਉਂਦਾ। ਤਾਂ ਆਂਢੀ ਗੁਆਂਢੀ ਕੁਛ ਇਕੱਠੇ ਹੋ ਕੇ ਵੀਰ ਅਮਰੀਕੇ ਵੀਰ ਹੋਣੀ, ਅਤੇ ਉਹ ਸਾਡੇ ਕੋਲ ਇੱਥੇ ਲੈ ਆਏ। ਇੱਥੇ ਲਿਆ ਕੇ ਜਦੋਂ ਅਸੀਂ ਬਾਹਰ ਨਿਕਲੇ ਤਾਂ ਇੱਥੇ ਬਾਹਰ ਘਾਹ 'ਤੇ ਪਾਇਆ ਹੋਇਆ ਸੀ ਬਾਈ ਉਹ, ਅਤੇ ਉੱਥੋਂ ਅਸੀਂ ਫਟਾਫਟ ਚੱਕਿਆ, ਹੋਸਪਿਟਲ ਲੈ ਗਏ, ਦਾਖਲ ਕਰਾ ਤਾ। ਅਤੇ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਰਾਤੋਂ ਰਾਤ, ਪਹਿਲਾਂ ਤਾਂ ਉਹਦਾ ਬੀਪੀ ਵੀ ਨਹੀਂ ਸ਼ੋਅ ਹੁੰਦਾ ਸੀ, ਸਾਹ ਵੀ ਨਹੀਂ ਸੀ ਆਉਂਦਾ ਉਹਨੂੰ, ਫਿਰ ਡਾਕਟਰਾਂ ਨੇ ਇੰਜੈਕਸ਼ਨ ਵਗੈਰਾ ਲਾਏ, ਥੋੜ੍ਹਾ ਸਟੇਬਲ ਹੋ ਗਿਆ। ਪਰ ਇਹ ਭੈਣ ਪ੍ਰੈਗਨੈਂਟ ਸੀ ਨਾ, ਤਾਂ ਇਹਨੇ ਸਾਨੂੰ ਦੱਸਿਆ ਵੀ ਇੰਨੀ ਛੇਤੀ ਡਿਲੀਵਰੀ ਹੋਣ ਵਾਲੀ ਹੈ, ਇਹਦੀ ਡਿਲੀਵਰੀ ਡੇਟ ਓਵਰ ਆ। ਅਤੇ ਰਾਤ ਅਸੀਂ ਇਹਨਾਂ ਨੂੰ ਰੱਖ ਲਿਆ, ਚੱਲ ਸਵੇਰਿਓਂ ਸਾਰੇ ਨੂੰ ਪਤਾ ਕਰਾਂਗੇ, ਟੈਸਟ ਕਰਾ ਲਾਂਗੇ, ਇਹਨਾਂ ਦੇ ਵੀ ਕਰਾ ਲਾਂਗੇ, ਕਿਉਂਕਿ ਸਾਡੇ ਕੋਲ ਜਿਹੜਾ ਵੀ ਮੈਂਬਰ ਰਹਿੰਦਾ ਉਹਦੇ ਨਾਲ, ਜੇ ਕੋਈ ਪੇਸ਼ੈਂਟ ਹੁੰਦਾ ਸੀ ਉਹਦੇ ਵੀ ਟੈਸਟ ਕਰਾਈਦੇ, ਬੱਚਿਆਂ ਦੇ ਵੀ ਕਰਾ ਲਈਦੇ ਨਾਲ। ਅਤੇ ਜਦੋਂ ਮੋਰਨਿੰਗ ਦੇ ਵਿੱਚ 5 ਵਜੇ ਇਹ ਭੈਣ ਹਸਪੀਟਲ ਦੇ ਬਾਹਰ ਸੁੱਤੀ ਪਈ ਸੀਗੀ, ਤੜਕਿਓਂ 5 ਵਜੇ ਇਹਦੇ ਇੱਕਦਮ ਹੀ ਉੱਥੇ ਲੇਬਰ ਪੇਨ ਸ਼ੁਰੂ ਹੋ ਗਈ, ਉੱਥੇ ਹੀ ਜਿੱਥੇ ਪਏ ਸੀ ਬਾਹਰ ਥੜੇ 'ਤੇ, ਉੱਥੇ ਹੀ ਸਾਡੀ ਸੁਪਨਿਆਂ ਦੇ ਘਰ ਦੀ ਇਹ ਧੀ ਕਿਸਮਤ ਖਾਤੂਨ, ਅਸੀਂ ਇਹਦਾ ਨਾਂ ਕਿਸਮਤ ਰੱਖਿਆ ਵਾ। ਵੈਸੇ ਤਾਂ ਮੈਂ ਇਹਨੂੰ ਜਦੋਂ ਇਹਦਾ ਜਨਮ ਹੋਇਆ ਤਾਂ ਜਿਹੜੇ ਸਾਡੇ ਉੱਥੇ ਨਰਸਿੰਗ ਸਟਾਫ ਸੀ ਭੈਣਾਂ, ਉਹਨਾਂ ਨੇ ਜਨਮ ਤੋਂ ਬਾਅਦ ਇਹਦਾ ਜਿਹੜਾ ਨਾੜੂਆ ਕੱਟ ਕੇ ਅਤੇ ਉਹਨਾਂ ਨੇ ਮੇਰੀ ਝੋਲੀ 'ਚ ਪਾਤੀ ਇੱਦਾਂ ਤੌਲੀਏ 'ਚ ਲਪੇਟ ਕੇ। ਅਤੇ ਜਦੋਂ ਮੇਰੀ ਝੋਲੀ 'ਚ ਆਈ ਇਹ, ਅਤੇ ਉਹ ਪਤਾ ਨਹੀਂ ਰੱਬ ਦੀ ਕੀ ਮਰਜ਼ੀ ਸੀ, ਮੈਂ ਵੀ ਆਪਣੀ ਜ਼ਿੰਦਗੀ 'ਚ ਪਹਿਲੀ ਵਾਰੀ ਇਸ ਤਰ੍ਹਾਂ ਇੱਕ ਬੱਚੇ ਨੂੰ ਬਰਥ ਦੇ ਨਾਲ ਹੁੰਦੇ ਸਮੇਂ ਨਾਲ ਹੀ, 1 ਮਿੰਟ ਦੀ, 1.5 ਮਿੰਟ ਦੀ ਸੀ ਜਦੋਂ ਮੈਂ ਇਹਨੂੰ ਆਪਣੀ ਝੋਲੀ 'ਚ ਚੱਕ ਲਿਆ ਸੀ, ਅਤੇ ਉਹ 1.5 ਮਿੰਟ ਦੀ ਧੀ ਨੂੰ ਮੈਂ ਕਿਹਾ ਵੀ ਇਹ ਤਾਂ ਭਾਗਾਂ ਵਾਲੀ ਹੈ, ਸਾਡੇ ਘਰ ਆ ਗਈ ਭਾਗਾਂ ਭਰੀ। ਇਹ ਭੈਣ ਕਿਉਂਕਿ ਮੁਸਲਿਮ ਪਰਿਵਾਰ ਤੋਂ ਆ, ਅਤੇ ਹੁਣ ਭਾਗਾਂ ਭਰੀ ਨਾ ਤਾਂ ਲੋਟ ਨਹੀਂ ਕਹਿੰਦੇ, ਅਤੇ ਇਹ ਕਹਿੰਦੇ ਕਿਸਮਤ ਠੀਕ ਆ ਨਾਮ। ਅਤੇ ਭਾਗਾਂ ਅਤੇ ਕਿਸਮਤ ਦੇ ਵਿੱਚ ਫਰਕ ਇੰਨਾ ਕੀ ਹੈ ਵੀ ਲੈਂਗੁਏਜ ਦਾ ਫਰਕ ਆ, ਉਰਦੂ 'ਚ ਪੰਜਾਬੀ 'ਚ। ਇਹ ਹੁਣ ਭਾਗਾਂ ਭਰੀ ਤੋਂ ਸਾਡੀ ਕਿਸਮਤ ਖਾਤੂਨ ਬਣ ਗਈ ਹੈ, ਅਤੇ ਸਾਡੀ ਕਿਸਮਤ ਵਾਸਤੇ ਅਰਦਾਸ ਕਰਿਓ। ਇਹਦੇ ਆਉਣ ਦੇ ਨਾਲ ਇਹਦੇ ਬਾਪ ਦੀ ਵੀ ਜ਼ਿੰਦਗੀ ਬਚ ਗਈ, ਉਹ ਵੀ ਉੱਦਣ ਦਾ ਠੀਕ ਹੋ ਗਿਆ। ਨਹੀਂ ਤਾਂ ਜਿਸ ਦਿਨ ਆਇਆ ਸੀ ਡਾਕਟਰ ਕਹਿੰਦੇ ਸੀ ਮਤਲਬ ਚਾਂਸ 50-50 ਆ, ਪਰ ਹੁਣ ਉਹ ਵਧੀਆ ਰੋਟੀ ਪਾਣੀ ਖਾ ਰਿਹਾ। ਇਹਦੇ ਦੋਨੇ ਛੋਟੇ ਭਰਾ ਨੇ, ਜਿਹੜੇ ਇਹਦੇ ਵੱਡੇ ਭਰਾ ਨੇ, ਉਹ ਵੀ ਤੁਸੀਂ ਦੇਖੋ ਕਿਵੇਂ ਆਪਣੇ ਪਾਪਾ ਕੋਲ ਬੈੱਡ 'ਤੇ ਬੈਠੇ ਰਹਿੰਦੇ ਆ। ਵੀਡੀਓ ਅਸੀਂ ਅਟੈਚ ਕੀਤੀ ਆ, ਅਤੇ ਅੱਜ ਬੱਚੀ ਨੂੰ ਹੋਸਪਿਟਲ ਤੋਂ ਛੁੱਟੀ ਮਿਲੀ ਆ। ਜਿਸ ਦਿਨ ਇਹਦਾ ਜਨਮ ਹੋਇਆ ਸੀ ਫੋਨ ਕੀਤਾ, ਜਿਹੜੇ ਵੀਰ ਭੈਣ ਛੱਡ ਕੇ ਗਏ ਸੀ ਉਹਨਾਂ ਨੂੰ, ਉਹ ਕਹਿੰਦੇ ਵੀ ਕੋਈ ਬੰਦਾ ਨਹੀਂ ਹੈਗਾ ਜਿਹੜਾ ਇਹਨਾਂ ਕੋਲ ਰਹਿ ਸਕੇ, ਕੋਈ ਰਿਸ਼ਤੇਦਾਰ ਨਹੀਂ। ਆਪਕਾ ਇੱਧਰ ਪੰਜਾਬ ਮੇਂ ਕੋਈ ਰਿਸ਼ਤੇਦਾਰ ਨਹੀਂ ਹੈ? ਕੋਈ ਬਾਈ ਬਹਿਣ, ਕੋਈ ਮੌਸਾ ਮੌਸੀ, ਕੋਈ ਨਹੀਂ। ਵਹਾਂ ਸੇ ਪਿੱਛੇ ਸੇ ਕਹਾਂ ਸੇ ਹੋ ਆਪ?
नहीं, यूपी बिहार से? वहाँ से कहाँ से? बंगाल से। तो अभी आप इसको लेके बंगाल जाओगे? क्योंकि देखो बहुत छोटी है अभी, है ना, तो इसको आप अपने ध्यान से रखना है, कोई इन्फेक्शन ना हो जाए, बीमार ना हो जाए। तो इधर हमारे पास भी, आप जितने दिन आपके पति एडमिट हैं, हम जहाँ पे रखने के लिए रेडी हैं, पर हम चाहते हैं पति को आपके को हम जहाँ रख लेते हैं, आप इसको लेके अपने छोटे दोनों बच्चों को लेके उठेराला चले जाओ, वहाँ घर वहाँ पे जाके रहो। इतने लोगों में रहेगी जे तो इसको बीमारी ना लग जाए कोई, डॉक्टर ने बोला है भी इसको इधर इतने पेशेंट में मत रखना ताकि इसको इन्फेक्शन ना हो जाए कोई, ठीक है? आप अच्छे से इसकी सेवा करना है। जो हमारे घर की बेटी है, इसका सिटीजनशिप मिल गया इधर का, ठीक है, मनुष्यता की सेवा की मेंबर है जो हमारी, तो हम आपकी जो भी संभव मदद होगी करते रहेंगे। हमारी बेटी है जी, तो आगे जब जो थोड़ी बड़ी हो जाएगी, इसका स्टडी करना है, पढ़ाई कराना है, वो हम करवाएंगे। इसका शादी का और इसका पढ़ाई का सब हम नहीं रहेंगे, जो हमसे आगे वाले जो यहाँ पे सेवा करेंगे आकर, उनका जिम्मेदारी रहेगा, ठीक है? हम इसका एक कार्ड बना कर देंगे तेरे को, इसका फिक्र नहीं करना। इसका शादी, इसका पढ़ाई लिखाई, जो भी बनेगा, अफसर बनेगा, डॉक्टर बनेगा, वो जो मनुष्यता की सेवा के तरफ से होगा सब, क्योंकि ये हमारी मेंबर है जी, ठीक है बहन? तो किस्मत खातून भागों वाली हो, कर्मों वाली हो, तो यही हम अल्लाह ताला से दरख्वास्त करते हैं, इसका ध्यान रखना, ठीक है? वाहे गुरु, गुड़ती भी ਅਸੀਂ ਇਹਨੂੰ ਦੇਣ ਦਾ ਮੌਕਾ ਮਿਲਿਆ। ਸਭ ਤੋਂ ਪਹਿਲਾਂ ਇਹਨੂੰ ਸ਼ਹਿਦ ਦੇ ਨਾਲ ਇਸ ਦੁਨੀਆ 'ਤੇ ਆਉਣ ਤੋਂ ਬਾਅਦ ਮਿੱਠਾ ਮੂੰਹ ਕੀਤਾ ਇਹਦਾ। ਜੇ ਥੋੜ੍ਹਾ ਸ਼ਗਨ ਹੈ ਇਸਕੇ ਲਈ ਰੱਖ ਲਓ ਆਪ, ਠੀਕ ਹੈ?